ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ, ਬਹੁਤ ਸੋਹਣੀ ਫੈਬਰਿਕ ਰਹੂਗੀ। ਆਲ ਓਵਰ ਸੂਟ ਨੇ, ਕੁਛ ਮੈਚਿੰਗ ਸੂਟ ਨੇ, ਜੋ ਵੀ ਤੁਹਾਨੂੰ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਨਿਊ ਡਿਜ਼ਾਇਨ ਦੇ ਵਿੱਚ ਫੈਬਰਿਕ ਹੈ ਜੀ, ਨਿਊ ਹੈ ਨਾ ਵੀ ਫੈਬਰਿਕ ਆ ਗਈ। ਟਿਸਟਾਂ ਦੇ ਵਿੱਚ ਫੈਬਰਿਕ ਰਹੂਗੀ, ਜੋ ਵਿਦਾਊਟ ਟਿਸਟ ਹੈ ਜੀ ਆਪਾਂ ਉਹ ਵੀ ਦਿਖਾ ਕੇ ਦੇਵਾਂਗੇ ਤੁਹਾਨੂੰ। ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਜਲਦੀ ਤੋਂ ਜਲਦੀ ਆਪਣੇ ਔਡਰ ਬੁੱਕ ਕਰੋ ਜੀ। ਅਤੇ ਹੁਣ ਆਪਾਂ ਫ੍ਰੀ ਹਾਂ, ਹੁਣ ਆਪਾਂ ਜ਼ਰੂਰ ਤੁਹਾਡੇ ਸੂਟਾਂ ਦੇ ਔਡਰਾਂ ਵੱਲ ਧਿਆਨ ਦੇਵਾਂਗੇ ਜੀ। ਥੋੜ੍ਹਾ ਜਿਹਾ ਨਾ ਵੀ ਇੱਕ ਤਾਂ ਮੈਂ ਬਿਮਾਰ ਜੀ ਹੋਈ ਪਈ ਤੀ ਇੱਕ ਮੱਝ ਕਰਕੇ, ਅਤੇ ਹੁਣ ਆਪਾਂ ਜਮ੍ਹਾਂ ਫ੍ਰੀ ਹਾਂ, ਤੁਸੀਂ ਜਲਦੀ ਜਲਦੀ ਔਡਰ ਕਰੋ ਜੀ, ਆਪਾਂ ਫਟਾਫਟ ਤੁਹਾਡੇ ਸੂਟ ਨੇ ਜਿਹੜੇ ਤਿਆਰ ਕਰੀਏ। ਚਲੋ ਜੀ, ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਆਪਣੀ ਇੰਸਟਾਗ੍ਰਾਮ ਦੀ ਆਈ ਡੀ ਹੈ ਰਾਜਵਿੰਦਰ ਸਿੱਧੂ 955, ਤੁਸੀਂ ਇੰਸਟਾਗ੍ਰਾਮ ਦੀ ਆਈ ਡੀ ਨੂੰ ਫੋਲੋ ਕਰੋ। ਅਤੇ ਆਪਣਾ ਦੂਸਰਾ ਚੈਨਲ ਹੈਗਾ ਜੀ ਆਰ ਕੇ ਬੁਟੀਕ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਪਲੀਜ਼। ਇਸ ਚੈਨਲ 'ਤੇ ਵੱਧ ਤੋਂ ਵੱਧ ਤੁਸੀਂ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਜੀ, ਤਾਂ ਕਿ ਤੁਹਾਡੇ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਹੈ ਹਰ ਇੱਕ ਭੈਣ ਕੋਲ ਜਾ ਸਕੇ। ਆਪਾਂ ਬਹੁਤ ਪਿਆਰੇ, ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਵੀ ਮੈਂ ਸੋਚ ਸਮਝ ਕੇ ਸੂਟ ਲੈ ਕੇ ਆਵਾਂ ਜਿਹੜੇ ਤੁਹਾਨੂੰ ਪਸੰਦ ਆ ਜਾਣ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਡੀ ਚੋਇਸ ਕਿਵੇਂ ਦੀ ਹੈ, ਸਾਡੀ ਮੇਰੀ ਖੁਦ ਦੀ ਚੋਇਸ ਕਿਵੇਂ ਦੀ ਹੈ। ਚਲੋ ਜੀ, ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ। ਚਲੋ ਜੀ, ਆਪਾਂ ਸਾਰਿਆਂ ਤੋਂ ਪਹਿਲਾਂ ਸੂਟ ਦਿਖਾਵਾਂਗੇ ਜੀ ਤੁਹਾਨੂੰ ਆਲ ਓਵਰ। ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਜੀ, ਇਹ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਜੀ, ਐਸ ਕੇ ਬ੍ਰਾਂਡ ਦੇ ਸੂਟ ਰਹਿਣਗੇ। ਦੇਖੋ ਆਪਾਂ ਸਟੈਂਪ ਦਿਖਾ ਕੇ ਕੱਪੜਾ ਦੇਵਾਂਗੇ, ਐਸ ਕੇ ਬ੍ਰਾਂਡ ਦੇ ਇਹ ਸੂਟ ਰਹਿਣਗੇ ਜੀ। ਇਹ ਨਾ ਤੁਸੀਂ ਸੂਟ ਮੰਨ ਲਓ ਵੀ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਆਰਾਮ ਨਾਲ ਪਾ ਸਕਦੇ ਹੋ ਬਿਨਾਂ ਲਾਈਨਿੰਗ। ਬਾਕੀ ਜਿਹੜੀ ਮੇਰੀ ਭੈਣ ਨੂੰ ਲੱਗਦਾ ਵੀ ਮੈਂ ਉਹ ਹੈ ਨਾ, ਕਈ ਕਸਟਮਰ ਹੁੰਦੇ ਨੇ ਜਿਵੇਂ ਬਾਹਰਲਾ ਕਸਟਮਰ ਹੈ, ਉਹ ਸਾਰਾ ਲਾਈਨਿੰਗ ਹੀ ਸੂਟ ਲਾਈਕ ਕਰਦਾ, ਤਾਂ ਤੁਸੀਂ ਉਹ ਆਪਦੀ ਮਰਜ਼ੀ ਦੇ ਅਨੁਸਾਰ ਆਪਣੇ ਵੀ ਆਪਦੇ ਮਨ ਦੀ ਇੱਛਾ ਹੁੰਦੀ ਹੈ ਨਾ ਵੀ ਆਪਾਂ ਲਾਈਨਿੰਗ ਵਾਲਾ ਸੂਟ ਰੈਡੀ ਕਰਵਾਈਏ, ਤਾਂ ਤੁਸੀਂ ਕਰਵਾ ਸਕਦੇ ਹੋ। ਵੈਸੇ ਇਹਦੇ ਇੰਡੀਆ 'ਚ ਕੋਈ ਲੋੜ ਨਹੀਂ ਹੈਗੀ, ਵਿਦਾਊਟ ਲਾਈਨਿੰਗ ਤੁਸੀਂ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋ। ਦੇਖੋ ਜੀ, ਇਹਦੇ ਬੈਕ 'ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਹਲਕਾ ਸੈਲਫ ਪ੍ਰਿੰਟ ਮਿਲੂਗਾ ਜਾਂ, ਅਤੇ ਫਰੰਟ ਦਾ ਇਹਦਾ ਇਸ ਤਰ੍ਹਾਂ ਦਾ ਡਿਜ਼ਾਇਨ ਹੈ। ਇਹ ਹੈਗਾ ਜੀ ਮਸਟਰਡ ਕਲਰ, ਦੇਖੋ ਜੇ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ। ਹੁਣ ਨਾ ਇਹ ਆ ਗਏ ਸਾਰੇ ਜੀ ਅੱਗੇ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਦੇ ਸੂਟ। ਇਹਨਾਂ ਸੂਟਾਂ 'ਤੇ ਹਜੇ ਤਿੰਨ ਚਾਰ ਮਹੀਨੇ ਕੋਈ ਔਫਰ ਨਹੀਂ ਲੱਗੂਗਾ, ਕਿਉਂ ਪਤਾ ਵੀ ਹੁਣ ਅੱਗੇ ਸਰਦੀ ਦਾ ਸੀਜ਼ਨ ਆ ਰਿਹਾ, ਇਹੀ ਸੂਟ ਚੱਲਣੇ ਨੇ। ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਤੱਕ ਜਦੋਂ ਤੁਸੀਂ ਔਫਰ ਮੰਗੋਗੇ ਜੀ ਉਦੋਂ ਤੱਕ ਇਹ ਕਲਰ ਖਤਮ ਹੋ ਜਾਣਗੇ। ਤੁਹਾਨੂੰ ਪਤਾ ਹੁਣ ਵਿਆਹਾਂ ਦਾ ਸੀਜ਼ਨ ਹੈ, ਦੁਬਾਰਾ ਤੋਂ ਕਲਰ ਨਹੀਂ ਆ ਰਹੇ, ਗਰਮੀ ਵਾਲੇ ਸੂਟਾਂ ਦੀ ਬਹੁਤ ਦਿੱਕਤ ਆ ਰਹੀ ਹੈ ਆਪਾਂ ਨੂੰ ਸੇਮ ਸੇਮ ਕਲਰ ਦੁਬਾਰੇ ਲੈਣ ਲਈ। ਦੇਖੋ ਜੀ, ਤੁਸੀਂ ਇਹਨਾਂ ਸੂਟਾਂ ਨੂੰ ਹੀ ਇਹੀ ਨੋਰਮਲ ਰੇਂਜ ਦੇ ਵਿੱਚ ਆਪਾਂ ਸੂਟ ਨੇ ਜਿਹੜੇ, ਤੁਹਾਨੂੰ ਪਤਾ ਵੀ ਆਪਣੇ ਸੂਟਾਂ ਦਾ ਬਜਟ ਕੋਈ ਜ਼ਿਆਦਾ ਨਹੀਂ ਹੁੰਦਾ, ਬਸ ਸਾਡਾ ਮਾਰਜਨ ਹੀ ਹੁੰਦਾ ਇਹਦੇ ਵਿੱਚ, ਜਿੰਨੀ ਕੁ ਆਪਾਂ ਮਿਹਨਤ ਕਰਦੇ ਹਾਂ ਉਨਾ ਕੁ ਮਾਰਜਨ ਆਪਾਂ ਤੁਹਾਨੂੰ ਪਤਾ ਹੀ ਆ ਨਾ। ਹਰ ਇੱਕ ਕੋਈ ਵੀ ਕੰਮ ਕਰਦਾ ਤਾਂ ਥੋੜ੍ਹਾ ਮੋਟਾ ਆਪਦੇ ਮਾਰਜਨ ਦਾ ਮਾਰਾ ਆਪਦੀ ਭਕਾਈ ਤਾਂ ਕੱਢ ਦਈਏ। ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਬਿਲਕੁਲ ਵੀ ਜਿੰਨੇ ਦਾ ਲਿਆਉਂਦੇ ਉਨੇ ਦਾ ਸੂਟ ਸੇਲ ਕਰ ਦਿੰਦੇ, ਇਹ ਗੱਲ ਗਲਤ। ਆਪਾਂ ਜਿਹੀ ਸਹੀ ਸਪਸ਼ਟ ਗੱਲ ਕਹਾਂਗੇ, ਝੂਠ ਨਹੀਂ ਬੋਲਦੇ ਜੀ। ਆਪਾਂ ਮਾਰਜਨ ਆਪਦਾ ਰੱਖਦੇ ਹਾਂ, ਬਿਲਕੁਲ ਮਾਰਜਨ ਹੈ ਜਿਹੜਾ, ਜਾਇਜ਼ ਹੋਊਗਾ ਨਜਾਇਜ਼ ਨਹੀਂ ਹੋਊਗਾ। ਦੇਖੋ ਜੀ, ਇਹ ਸੂਟ ਦਾ ਪ੍ਰਾਈਜ਼ 5 ਮੀਟਰ ਆਲ ਓਵਰ ਤੁਹਾਨੂੰ ਪਊਗਾ ਜੀ 1500 ਰੁਪਏ। ਪਿਓਰ ਵਾਲੀ ਐਸ ਕੇ ਦੀ ਤੁਹਾਨੂੰ ਫੈਬਰਿਕ ਮਿਲੂਗੀ, ਕੋਈ ਇਹਦੇ ਉੱਪਰ ਬੁਰ ਨਹੀਂ ਆਊਗਾ, ਕੋਈ ਇਹਦਾ ਰੰਗ ਨਹੀਂ ਫੇਟ ਹੋਊਗਾ। ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਇਨਿੰਗ ਬਣੀ ਹੋਈ ਹੈ। ਦੇਖੋ ਇਹਦੇ ਵਿੱਚ ਇਹਦਾ ਮਾਸਟਰਡ, ਜੇ ਤੁਸੀਂ ਮੈਂ ਸੋਚਿਆ ਵੀ ਸੀ ਵੀ ਇਹਨੂੰ ਆਪਾਂ ਮੈਚਿੰਗ ਕਰ ਲੈਂਦੇ ਹਾਂ, ਮੈਚਿੰਗ ਇਹਦੀ ਗੱਲ ਨਹੀਂ ਬਣੀ ਜੀ, ਇਹ ਆਲ ਓਵਰ ਸੂਟ ਹੀ ਸੋਹਣੇ ਲੱਗਣਗੇ। ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਹਰਾ, ਫਰੋਜੀ ਕਲਰ, ਜਾਂ ਸੇਮ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਜੀ, ਸੇਮ ਕਲਰ ਹੈ, ਨਾ ਇਹ ਫਰੋਜੀ ਕਲਰ ਹੈ ਨਾ ਇਹ ਹਰਾ ਕਲਰ ਹੈ, ਲਾਈਟ ਫਰੋਜੀ ਹੈ, ਬਹੁਤ ਸੋਹਣਾ ਮਿੱਠਾ ਮਿੱਠਾ ਫਰੋਜੀ ਕਲਰ ਹੈ। ਪ੍ਰਿੰਟਿੰਗ ਬਹੁਤ ਸੋਹਣੀ ਬਣੀ ਹੋਈ ਹੈ। ਦੇਖੋ ਜੀ, ਦੋ ਕਲਰ ਆ ਗਏ, ਇੱਕ ਸੂਟ ਦਾ ਪ੍ਰਾਈਜ਼ ਰਹੂਗਾ ਜੀ 1500 ਰੁਪਏ। ਇਸ ਤੋਂ ਬਾਅਦ ਤੀਸਰਾ ਕਲਰ, ਇਹ ਸੂਟਾਂ ਦੇ ਤੁਸੀਂ ਜਲਦੀ ਜਲਦੀ ਔਡਰ ਬੁੱਕ ਕਰ ਦਿਓ ਜੀ, ਫਿਰ ਸੇਮ ਕਲਰ ਮਿਲਣੇ ਮੁਸ਼ਕਿਲ ਹੋ ਜਾਂਦੇ ਨੇ। ਦੇਖੋ ਜੀ, ਇਹਦੇ ਨਾਲ ਨਾ ਆਪਾਂ ਇੱਕ ਕਲਰ ਦਾ ਦੁਪੱਟਾ ਕਰਵਾ ਕੇ
ਬਹੁਤ ਸੋਹਣੀ ਫਿਨਿਸ਼ਿੰਗ ਕਰਕੇ ਇਹਦੇ ਉੱਪਰ ਬਹੁਤ ਸੋਹਣੇ ਲੱਗਣਗੇ ਇਹ ਸੂਟ। ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਹਰ ਟਾਈਮ ਹੀ ਹੈ ਨਾ ਵਰਕ ਵਾਲੇ ਸੂਟ ਚਾਹੀਦੇ ਨੇ, ਬਾਕੀ ਜਦੋਂ ਜਿਹੜੀਆਂ ਭੈਣਾਂ ਘਰ ਹੈ ਨਾ ਜਿਨ੍ਹਾਂ ਦੇ ਘਰ ਮੈਰਿਜ ਜਾਂ ਪ੍ਰੋਗਰਾਮ ਆ ਉਹਨਾਂ ਨੂੰ ਤਾਂ ਬਸ ਟਾਈਮ ਟੂ ਟਾਈਮ ਹੀ ਆਪਾਂ ਨੂੰ ਵਰਕ ਵਾਲੇ ਸੂਟ ਪਾਉਣ ਦਾ ਟਾਈਮ ਮਿਲ ਜੇ ਉਹ ਵੀ ਬਹੁਤ ਹੁੰਦਾ। ਦੇਖੋ ਜੀ ਇਹਦਾ ਹੈਗਾ ਜੀ ਰਸ਼ਟ ਕਲਰ, ਇਹ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਜੀ 1500 ਰੁਪਏ ਦੇ ਵਿੱਚ, ਕੋਈ ਤੁਸੀਂ ਸ਼ਿਪਿੰਗ ਚਾਰਜਸ ਅਲੱਗ ਤੋਂ ਨਹੀਂ ਦੇਣੇ। ਤਿੰਨ ਕਲਰ ਆ ਗਏ ਜੀ, ਚੌਥਾ ਕਲਰ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ, ਮਹਿੰਦੀ ਕਲਰ ਸੋਰੀ। ਦੇਖੋ ਸਾਰੇ ਕਲਰ ਨੇ ਜਿਹੜੇ ਇੱਕ ਤੋਂ ਇੱਕ ਹਟ ਕੇ ਨੇ, ਚੌਥਾ ਕਲਰ ਆ ਗਿਆ ਮਹਿੰਦੀ ਕਲਰ। ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ, ਜੇ ਤੁਸੀਂ ਚਾਹੁੰਦੇ ਹੋ ਲਾਈਨਿੰਗ ਲਾਉਣੀ ਤੁਸੀਂ ਲਾ ਵੀ ਸਕਦੇ ਹੋ, ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਵੈਸੇ ਇੰਡੀਆ ਦੇ ਵਿੱਚ ਸਰ ਵੀ ਜਾਊਗਾ ਇਹਦੇ ਉੱਪਰ ਲਾਈਨਿੰਗ ਲਾਉਣ ਦਾ। ਦੇਖੋ ਜੀ ਤੁਸੀਂ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਚਾਰਾਂ ਕਲਰਾਂ 'ਚੋਂ ਸੂਟ ਪਸੰਦ ਹੈ ਫਟਾਫਟ ਸਕਰੀਨਸ਼ੋਟ ਲਓ ਅਤੇ ਮੈਸੇਜ ਕਰੋ। ਚਲੋ ਜੀ ਇਹ ਹੋ ਗਏ ਆਪਣੇ ਕੋਲ ਇਹ ਨਾ ਤਾਂ ਇਹ ਸਰਦੀ ਵਾਲੇ ਪਿਓਰ ਪੂਰੇ ਮੋਟੇ ਸੂਟ ਨੇ, ਨਾ ਇਹ ਆਏ ਆ ਵੀ ਬਾਹਲੀ ਪਤਲੇ ਹੋਣਗੇ ਕੋਟਨ ਵਾਲੇ। ਇਹ ਆਪਣੇ ਜਿਵੇਂ ਨੋਰਮਲ ਮੌਸਮ ਹੈ ਅਕਤੂਬਰ ਤੋਂ ਲੈ ਕੇ ਮਾਰਚ ਦੇ ਵਿੱਚ ਆਪਾਂ ਆਰਾਮ ਨਾਲ ਪਾ ਸਕਦੇ ਹਾਂ। ਇਹ ਕੋਈ ਐਵੇਂ ਨਹੀਂ ਹੈਗਾ ਵੀ ਜ਼ਿਆਦਾ ਠੰਡੇ ਹੋਣਗੇ, ਬਿਲਕੁਲ ਨਹੀਂ ਹੋਊਗਾ, ਇਹ ਬਹੁਤ ਵਧੀਆ ਫੈਬਰਿਕ ਰਹੂਗੀ ਜੀ ਇਹ। ਦੇਖੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਕ੍ਰਸ਼ ਸ਼ਿਮਰ ਦੇ ਵਿੱਚ ਸੂਟ, ਬਹੁਤ ਸੋਹਣੇ ਨੇ। ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਜੀ, ਟੇਸਟਾਂ ਦੇ ਰਹਿਣਗੇ ਇਹ। ਦੇਖੋ ਸਟੈਂਪ ਲੱਗੀ ਦਿਖਾਵਾਂਗੇ ਆਪਾਂ, ਇਹਦੀ ਸ਼ਰਟ ਰਹੂਗੀ ਜਿਹੜੀ ਟੇਸਟਾਂ ਦੀ ਰਹੂਗੀ, ਅਤੇ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ। ਇਹਦੇ ਨਾਲ ਸਲਵਾਰ ਆਪਾਂ ਨੇ ਰੱਖੀ ਹੈ ਜੀ ਇਸ ਤਰ੍ਹਾਂ ਦੀ ਜੋਹਾ ਸਿਲਕ ਦੀ। ਇਹ ਨਾ ਹੈਨਿੰਗ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਜਮੀ ਉਹ ਨਹੀਂ, ਹਲਕੀ ਸ਼ਾਈਨਿੰਗ ਮਿਲੂਗੀ ਤੁਹਾਨੂੰ। ਇਹ ਹੈਗਾ ਸਿਮਰ ਕ੍ਰਸ਼ ਦੇ ਵਿੱਚ ਹੈ ਸੂਟ, ਇਹ ਫੈਬਰਿਕ ਹੈ ਜਿਹੜੀ ਸ਼ਰਟ ਦੀ, ਸਿਮਰ ਕ੍ਰਸ਼ ਦੇ ਵਿੱਚ ਰਹੂਗੀ ਜੀ, ਹਲਕੀ ਸ਼ਾਈਨਿੰਗ ਮਿਲੂਗੀ ਤੁਹਾਨੂੰ। ਅਤੇ ਬਾਕੀ ਇਹਦੇ ਨਾਲ ਆਪਾਂ ਨੇ ਜੋਹਾ ਸਿਲਕ ਦੀ ਰੱਖੀ ਹੈ ਜੀ ਸਲਵਾਰ। ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ, ਇਹ ਮੈਚਿੰਗ ਹੀ ਸੂਟ ਨੇ। ਇਹਦਾ ਪ੍ਰਾਈਜ਼ ਰਹੂਗਾ ਜੀ 2100 ਰੁਪਏ, ਵਧੀਆ ਵਾਲੀ ਫੈਬਰਿਕ ਹੋਊਗੀ, ਤੁਸੀਂ ਇਹ ਨਾ ਕਿਹਾ ਕਰੋ ਵੀ ਰੇਟ ਜ਼ਿਆਦਾ ਨੇ। ਦੇਖੋ ਜੀ ਇਸ ਤੋਂ ਬਾਅਦ ਦੂਸਰਾ ਕਲਰ ਆ ਗਿਆ, ਬਹੁਤ ਪਿਆਰੇ ਪਿਆਰੇ ਕਲਰ ਨੇ। ਇਹਦੇ ਨਾਲ ਜੋਹਾ ਸਿਲਕ ਦੀ ਸਲਵਾਰ ਹੈ ਜੀ, ਆਪਾਂ ਦੱਸ ਕੇ ਦੇਵਾਂਗੇ, ਦੂਸਰਿਆਂ ਨਾਲ ਮਿਲੂਗੀ ਤੁਹਾਨੂੰ ਸਿਮਰ ਦੀ। ਦੇਖੋ ਜੀ ਇੱਕ ਕਲਰ ਪ੍ਰਿੰਟ ਆਹ ਇਹ ਵਾਲਾ ਮਹਿਰੂਨ ਦੇ ਨਾਲ ਕੋਂਬੀਨੇਸ਼ਨ ਹੈ। ਦੇਖੋ ਜੀ ਉਹ 'ਤੇ ਤੁਹਾਨੂੰ ਹਲਕਾ ਥੋੜ੍ਹਾ ਘੱਟ ਦਿਖ ਰਿਹਾ ਸੀ, ਦੇਖੋ ਟੇਸਟਾ ਦੀ ਇਹ ਤੁਹਾਨੂੰ ਕ੍ਰਸ ਮਿਲੂਗੀ ਜੀ, ਟੇਸਟਾ ਦੀ ਕ੍ਰਸ ਸਿਮਰ ਹੈ ਟਿਸ਼ੂ, ਇਹ ਬਹੁਤ ਸੋਹਣਾ ਹਲਕਾ ਬਿਲਕੁਲ ਜਿਵੇਂ ਤੁਸੀਂ ਆਰਾਮ ਨਾਲ ਨੋਰਮਲ ਸੂਟ ਆ ਜਿਹੜਾ ਪਾ ਸਕਦੇ। ਇਹਦੇ ਨਾਲ ਇਸ ਤਰ੍ਹਾਂ ਦੀ ਮਹਿਰੂਨ ਕਲਰ ਦੀ ਆਪਾਂ ਨੇ ਸਿਮਰ ਦੀ ਰੱਖੀ ਹੈ ਜੀ ਸਲਵਾਰ। 2100 ਰੁਪਏ ਦੇ ਵਿੱਚ ਤੁਸੀਂ ਸੂਟ ਆਪਣੇ ਕੋਲੋਂ ਲੈ ਸਕਦੇ। ਬਾਕੀ ਤੁਸੀਂ ਹੈ ਨਾ ਸਾਰੇ ਮੇਰੇ ਭੈਣ ਅੱਜ ਕੱਲ੍ਹ ਹਰ ਇੱਕ ਦੇ ਵੀਡੀਓ ਦੇਖਦੇ ਨੇ, ਤੁਹਾਨੂੰ ਰੇਟਾਂ ਦਾ ਆਪਣਿਆਂ ਦਾ ਪਤਾ ਹੀ ਲੱਗ ਗਿਆ ਹੋਊਗਾ ਵੀ ਆਪਾਂ ਕਿੰਨਾ ਕੁ ਰੇਟ ਹੈ ਜਿਹੜਾ ਵੀਡੀਓ ਦੇ ਵਿੱਚ ਪਾਉਂਦੇ ਹਾਂ। ਇਸ ਤੋਂ ਬਾਅਦ ਤੀਜਾ ਕਲਰ ਆ ਗਿਆ ਜੀ ਇਹ ਵਾਲਾ, ਦੇਖੋ ਬਹੁਤ ਸੋਹਣਾ ਕਲਰ ਹੈ ਜੀ, ਪ੍ਰਿੰਟ ਬਹੁਤ ਸੋਹਣਾ, ਸਰਦਾਰੀ ਜੀ ਲੁੱਕ ਦੇ ਕਲਰ ਨੇ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਹੈ, ਕਿਵੇਂ ਤੁਹਾਨੂੰ ਸੂਟ ਲੱਗੇ। ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਡਬਲ ਸ਼ੇਡ, ਹੁਣ ਸਿਮਰ ਦੀ ਸਲਵਾਰ ਹੈ ਜੀ ਉਹਦੇ ਵਿੱਚ ਡਬਲ ਸ਼ੇਡ ਤਾਂ ਸਾਰਿਆਂ 'ਚ ਹੀ ਹੋਊਗਾ ਹੈ ਨਾ। ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਗ੍ਰੇ ਮਾਊਸ ਜਾਂ ਦੋਨੇ ਟੋਨਾਂ ਵਾਲਾ ਕਲਰ ਆ ਗਿਆ, ਇਹ ਕਲਰ ਹੈਗਾ। ਤਿੰਨ ਕਲਰ ਆ ਗਏ ਇਹਦੇ ਜੀ, ਚੌਥਾ ਕਲਰ ਆ ਗਿਆ ਇਸ ਤਰ੍ਹਾਂ ਦਾ ਲਾਈਟ ਪਰਪਲ ਕਲਰ, ਬਹੁਤ ਪਿਆਰਾ ਕਲਰ ਹੈ ਜੀ। ਮੈਨੂੰ ਨਹੀਂ ਲੱਗਦਾ ਵੀ ਤੁਸੀਂ ਅੱਜ ਕੋਈ ਮੇਰਾ ਸੂਟ ਨਿੰਦ ਦੋਗੇ ਜਾਂ ਤੁਸੀਂ ਕੋਈ ਛੱਡ ਦੋਗੇ, ਮੈਨੂੰ ਫੇਰ ਹੀ ਵਧੀ ਪਤਾ ਲੱਗੂਗਾ ਵੀ ਤੁਹਾਨੂੰ ਮੇਰੀ ਫੈਬਰਿਕ ਕਿਵੇਂ ਲੱਗੀ, ਮੇਰਾ ਸੂਟ ਨੇ ਜਿਹੜੇ ਵਧੀਆ ਲੱਗੇ ਜੇ। ਜੇ ਤੁਸੀਂ ਸਾਰੇ ਦੇ ਸਾਰੇ ਸੂਟ ਆਪਣੇ ਕੋਲੋਂ ਸੀ 8 ਸੂਟ ਪਾਏ ਨੇ ਜੇ, 8 ਭੈਣਾਂ ਸਿੰਗਲ ਸਿੰਗਲ ਸੂਟ ਆਰਡਰ ਕਰਨਗੀਆਂ ਜੀ ਤਾਂ ਤੁਹਾਨੂੰ ਪਤਾ ਲੱਗ ਜੂਗਾ। ਜਿੰਨਾਂ ਭੈਣਾਂ ਦੇ ਵਿਆਹ ਚੱਲ ਰਹੇ ਨੇ ਜੀ ਅੱਗੇ ਆਉਣ ਵਾਲੇ ਨੇ, ਤੁਸੀਂ 1 ਸਿੰਗਲ ਸੂਟ ਲੈ ਕੇ ਦੇਖ ਲਓ, ਬਾਅਦ ਦੇ ਵਿੱਚ ਤੁਹਾਨੂੰ ਫੈਬਰਿਕ ਦਾ ਪਤਾ ਲੱਗ ਜੂ। ਦੇਖੋ ਜੀ ਚੌਥਾ ਪ੍ਰਿੰਟ ਆ ਗਿਆ ਇਹ ਵਾਲਾ, ਇਹਦੇ ਨਾਲ ਇਸ ਤਰ੍ਹਾਂ ਦੀ ਲਾਈਟ ਪਰਪਲ ਕਲਰ ਦੀ ਰੱਖੀ ਹੈ ਜੀ ਆਪਾਂ ਨੇ ਸਲਵਾਰ। ਇਹਦੇ ਨਾਲ ਵੀ ਸਿਮਰ ਦੀ ਸਲਵਾਰ ਮਿਲੂਗੀ ਤੁਹਾਨੂੰ 2100 ਰੁਪਏ ਦੇ ਵਿੱਚ, ਕੋਈ ਸ਼ਿਪਿੰਗ ਚਾਰਜਸ ਨਹੀਂ ਹੋਊਗਾ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਹੋਣਗੇ ਜੇ ਅਗਰ ਤਾਂ ਤੁਹਾਨੂੰ ਇਹਨਾਂ ਦੇ ਸ਼ਿਪਿੰਗ ਚਾਰਜਸ ਲੱਗ ਜਾਣਗੇ ਜੀ। ਬਿਲਕੁਲ
ਬਹੁਤ ਸੋਹਣੇ ਪ੍ਰਿੰਟ ਨੇ, ਜੇ ਤੁਸੀਂ ਇਹਨਾਂ ਨਾਲ ਦੁਪੱਟੇ ਕਹੋਗੇ ਜੀ ਸਾਨੂੰ, ਅਸੀਂ ਦੁਪੱਟੇ ਵੀ ਰੈਡੀ ਕਰਕੇ ਦੇਵਾਂਗੇ, ਹੈ ਨਾ। ਮੇਰੀਆਂ ਭੈਣਾਂ ਇਹ ਕਹਿੰਦੀਆਂ ਨੇ ਵੀ ਤੁਸੀਂ ਦੁਪੱਟੇ ਨਹੀਂ ਰੈਡੀ ਕਰਾਉਂਦੇ, ਪਲੀਜ਼ ਇਹ ਚੀਜ਼ 'ਤੇ ਅਸੀਂ ਇਸ ਲਈ ਦੁਪੱਟੇ ਨਹੀਂ ਕਰਾ ਰਹੇ। ਕੋਈ ਮੇਰੀ ਭੈਣ ਹੈ ਨਾ ਪਿਓਰ ਦਾ ਦੁਪੱਟਾ ਲਾਈਕ ਕਰਦੀ ਹੈ, ਕੋਈ ਮੇਰੀ ਭੈਣ ਬਰਬਰੀ ਦਾ, ਕੋਈ ਟੈਬੀ ਦਾ, ਇਸ ਤਰ੍ਹਾਂ ਫਰਕ ਪੈ ਜਾਂਦਾ ਜੀ। ਫਿਰ ਆਪਾਂ ਹੁਣ ਕਸਟਮਰ ਦੀ ਚੋਇਸ 'ਤੇ ਹੀ ਦੁਪੱਟੇ ਰੈਡੀ ਕਰਕੇ ਦੇਵਾਂਗੇ। ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ, ਜੋ ਵੀ ਤੁਹਾਨੂੰ ਦੁਪੱਟਾ ਪਸੰਦ ਹੋਇਆ, ਸਾਨੂੰ ਡਿਜ਼ਾਇਨ ਵਗੈਰਾ ਦੱਸ ਕੇ ਆਪਣਾ ਸੂਟ ਹੈ ਜਿਹੜਾ ਬੁੱਕ ਕਰਵਾ ਸਕਦੇ। ਚਲੋ ਜੀ, ਮੈਨੂੰ ਪੂਰੀ ਉਮੀਦ ਹੈ, ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ, ਜੋ ਵੀ ਸੂਟ ਪਸੰਦ ਹੈ। ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਵੀ ਤੁਹਾਨੂੰ ਸੂਟ ਨਹੀਂ ਪਸੰਦ ਆਏ ਹੋਣਗੇ। ਜੇ ਅੱਜ ਵਾਲੇ ਸੂਟ ਨਾ ਪਸੰਦ ਆਏ ਮੈਨੂੰ, ਵੀ ਤੁਸੀਂ ਕੋਈ ਵੀ ਮੈਨੂੰ ਰਿਸਪੋਂਸ ਨਾ ਦਿੱਤਾ, ਫਿਰ ਮੈਨੂੰ ਲੱਗੂਗਾ ਵੀ ਮੇਰੀ ਚੋਇਸ ਨਹੀਂ ਵਧੀਆ ਹੈਗੀ, ਹੈ ਨਾ। ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਇਹ ਸੂਟਾਂ ਦੇ ਔਡਰ ਕਰਿਆ ਕਰੋ ਜੀ, ਬੇਚਿੰਤ ਹੋ ਕੇ ਔਡਰ ਕਰ ਲਓ। ਜੇ ਤੁਹਾਨੂੰ ਐਂ ਡਰ ਲੱਗਦਾ ਵੀ ਸਾਡੀ ਸਟਿਚਿੰਗ ਨਾ ਖਰਾਬ ਹੋਏ, ਜੇ ਤੁਸੀਂ ਬਿਲਕੁਲ ਜਮ੍ਹਾਂ ਜੇ ਤੁਸੀਂ ਇੰਡੀਆ ਦੇ ਵਿੱਚੋਂ ਨਾ ਸਟਿਚਿੰਗ ਕਰਾਓ, ਸਟਿਚਿੰਗ ਤੁਸੀਂ ਆਪਣੇ ਲਾਗੇ ਤਾਂ ਅੱਗੇ ਇੰਡੀਆ ਦੇ ਵਿੱਚ ਤਾਂ ਵਾਧੂ ਕਰ ਰਹੇ ਨੇ, ਉਹ ਉੱਥੋਂ ਤੁਸੀਂ ਕਰਵਾ ਸਕਦੇ ਹੋ। ਸਿੰਗਲ ਸਿੰਗਲ ਸੂਟ ਔਡਰ ਕਰਕੇ ਦੇਖੋ ਜੀ, ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਵਿਆਹ ਮੈਰਿਜ ਆਉਣੇ ਨੇ ਤੁਹਾਡੇ, ਤਾਂ ਤੁਸੀਂ ਆਪਣੇ ਸੂਟ ਆ ਜਿਹੜੇ ਜਲਦੀ ਆਸਾਨੀ ਨਾਲ ਬੁੱਕ ਕਰ ਸਕੋ। ਚਲੋ ਜੀ, ਆਪਣੇ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ, ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਬਲੌਗ ਨਹੀਂ ਪਾ ਰਹੇ ਜੀ, ਅੱਜ ਸੂਟਾਂ ਦੀ ਵੀਡੀਓ ਆ ਰਹੀ ਹੈ, ਤੁਹਾਨੂੰ ਪਤਾ ਬਲੌਗ ਮੈਂ ਨਹੀਂ ਬਣਾ ਸਕੀ, ਆਪਣੀ ਸਾਂਝੀ ਦੀ ਤਿਆਰੀ ਹੋ ਰਹੀ ਹੈ ਇਸ ਕਰਕੇ। ਚਲੋ ਜੀ, ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।